ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ, ਜਿੱਥੇ 11 ਵਜਣ ਤੋਂ ਕੁਝ ਮਿੰਟ ਪਹਿਲਾਂ ਹੀ ਅਜੇ ਕਿਸਾਨਾਂ ਵੱਲੋਂ ਕੂਚ ਕਰਨ ਦਾ ਜਿੱਥੇ ਐਲਾਨ ਕੀਤਾ ਗਿਆ ਸੀ, ਕੂਚ ਅਜੇ ਨਹੀਂ ਕੀਤਾ ਗਿਆ ਸੀ, ਪਰ ਦੂਜੇ ਪਾਸੇ ਤੋਂ ਅਥਰੂ ਗੈਸ ਦੇ ਗੋਲੇ ਡੱਗ ਕੇ ਗਏ ਨੇ। ਸੋ ਧੂੰਆਂ ਚਾਰੇ ਪਾਸੇ ਅਥਰੂ ਗੈਸ ਦਾ ਫੈਲ ਚੁੱਕਿਆ ਅਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਬਾਰਡਰ ਦੇ ਨੇੜੇ ਇਕੱਠੇ ਹੋਏ ਸੀ, ਪਰ ਪਹਿਲਾਂ ਹੀ ਅਥਰੂ ਗੈਸ ਦੇ ਗੋਲੇ ਉਸ ਪਾਸੇ ਤੋਂ ਆਉਂਦੇ ਨੇ ਅਤੇ ਚਾਰੇ ਪਾਸੇ ਅਥਰੂ ਗੈਸ ਦਾ ਜੋ ਧੂੰਆਂ ਸਾਰੇ ਪਾਸੇ ਫੈਲ ਚੁੱਕਿਆ। ਅਤੇ ਹੁਣ ਕਿਸਾਨ ਜਦੋਂ ਇਸ ਥਾਂ ਤੋਂ ਅੱਗੇ ਜਾਣ ਦਾ ਐਲਾਨ ਕਰਦੇ ਨੇ, ਜਥਿਆਂ ਦੇ ਰੂਪ ਦੇ ਵਿੱਚ ਜਾਣ ਦੀ ਗੱਲ ਆਖੀ ਗਈ ਹੈ, ਤਾਂ ਕਿੰਨੀ ਕੁ ਮੁਸ਼ਕਲ ਰਹੇਗੀ, ਕਿੰਨਾ ਸੁਖਾਲਾ ਰਹੇਗਾ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਕਿਉਂਕਿ ਦੋਨੇ ਪਾਸੇ ਤੋਂ ਐਲਾਨ ਤਕਰੀਬਨ ਇੱਕੋ ਤਰ੍ਹਾਂ ਦੇ ਨੇ। ਕਿਹਾ ਜਾ ਰਿਹਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਾਂਗੇ, ਕਿਸਾਨ ਕਹਿ ਰਹੇ ਹੈ, ਅਤੇ ਦੂਜੇ ਪਾਸੇ ਸਰਕਾਰ ਵੀ ਕਹਿ ਰਹੀ ਹੈ ਕਿ 144 ਧਾਰਾ ਲੱਗੀ ਹੋਈ ਹੈ, ਅਸੀਂ ਤੁਹਾਨੂੰ ਅੱਗੇ ਜਾਣ ਨਹੀਂ ਦੇਣਾ ਚਾਹੁੰਦੇ। ਸੋ ਇਸ ਦਰਮਿਆਨ ਹੋਵੇਗਾ ਕਿ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਲਗਾਤਾਰ ਕਿਸਾਨਾਂ ਦੇ ਵੱਲੋਂ, ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਵਧਾਂਗੇ, ਜਥਿਆਂ ਦੇ ਰੂਪ ਦੇ ਵਿੱਚ ਜਾਵਾਂਗੇ, ਪਰ ਦੂਜੇ ਪਾਸੇ ਤੋਂ ਜੋ ਅਥਰੂ ਗੈਸ ਦੇ ਗੋਲੇ ਹੁਣ ਦੱਗ ਕੇ ਗਏ ਨੇ, ਉਹ ਕੀ ਕਹਿਣਾ ਚਾਹੁੰਦੇ ਨੇ, ਉਸ ਪਾਸੇ ਤੋਂ ਅਥਰੂ ਗੈਸ ਦੇ ਗੋਲਿਆਂ ਦਾ ਆਉਣਾ ਕੀ ਦਰਸਾ ਰਿਹਾ ਹੈ, ਇਹ ਦੇਖਣ ਵਾਲੀ ਗੱਲ ਰਹੇਗੀ। ਕਿ ਕੀ ਕਿਸਾਨ ਜੋ ਜਥਿਆਂ ਦੇ ਵਿੱਚ ਵੀ ਜਾਣਾ ਚਾਹੁੰਦੇ, ਕਿਸਾਨ ਕਹਿੰਦੇ ਕਿ ਅਸੀਂ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਾਂਗੇ, ਅਸੀਂ ਸ਼ਾਂਤਮਈ ਹੋ ਕੇ ਜਾਵਾਂਗੇ, ਪਰ ਅੱਗਿਓਂ ਕਿਸ ਤਰ੍ਹਾਂ ਦੀ ਕਾਰਵਾਈ ਰਹਿੰਦੀ, ਕਿਉਂਕਿ ਜਿੱਥੇ ਲੰਮੇ ਸਮੇਂ ਤੋਂ ਪ੍ਰਬੰਧ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਸੀ, ਤਾਂ ਉੱਥੇ ਹੀ ਹੁਣ ਉਸ ਪਾਸੇ ਵੱਲ ਵੱਡੀਆਂ ਮਸ਼ੀਨਾਂ ਵੀ ਦੇਖੀਆਂ ਗਈਆਂ, ਬੋਰਡ ਲੱਗੇ ਉਸ ਪਾਸੇ ਵੱਲ ਦਿਖਾਈ ਦਿੱਤੇ, ਜਿਨ੍ਹਾਂ ਦੇ ਉੱਤੇ ਲਿਖਿਆ ਕਿ ਧਾਰਾ 144 ਲਾਗੂ ਹੈ, ਸੋ ਇਸ ਪਾਸੇ ਵੱਲ ਨਹੀਂ ਆਉਣ ਦਿੱਤਾ ਜਾਵੇਗਾ। ਪਰ ਕਿਸਾਨਾਂ ਵੱਲੋਂ ਜੋ ਸਮਾਂ ਦਿੱਤਾ ਗਿਆ ਕੂਚ ਕਰਨ ਦਾ, ਉਸ ਸਮੇਂ ਕੀ ਬਣਦਾ ਹੈ ਦੇਖਣ ਵਾਲੀ ਗੱਲ ਰਹੀ। ਅਜੇ ਤਾਂ ਆਨੰਦ ਸਾਹਿਬ ਦਾ ਪਾਠ ਹੋ ਰਿਹਾ ਸੀ, ਅਰਦਾਸ ਹੋਣੀ ਸੀਗੀ। ਸੋ ਬਿਲਕੁਲ ਅਜੇ ਆਨੰਦ ਸਾਹਿਬ ਦਾ ਪਾਠ, ਚੌਪਾਈ ਸਾਹਿਬ ਦਾ ਪਾਠ, ਉਸ ਤੋਂ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ ਬਾਰਡਰ ਦੇ ਉੱਤੇ ਲਗਾਤਾਰ। ਆਗੂਆਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਕਿਸਾਨਾਂ ਨੂੰ ਕਹਿੰਦੇ ਹਾਂ ਕਿ ਉਹ ਜਾਪਤੇ ਦੇ ਵਿੱਚ ਰਹਿਣ, ਉਹ ਸ਼ਾਂਤਮਈ ਰਹਿਣ, ਸੋ ਅਜਿਹੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸੀ। ਹੁਣ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ, ਉਸ ਤੋਂ ਬਾਅਦ ਚੌਪਾਈ ਸਾਹਿਬ ਦਾ ਜਾਪ, ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕੀਤੀ ਜਾਣੀ ਸੀ, ਪਰ ਉਸ ਤੋਂ ਪਹਿਲਾਂ ਆਏ ਗੋਲੇ ਅਥਰੂ ਗੈਸ ਦੇ ਕੀ ਸੰਕੇਤ ਕਰਦੇ ਆ, ਦੇਖਣ ਵਾਲੀ ਗੱਲ ਰਹੇਗੀ। ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਅਜੇ ਵੀ ਲਗਾਤਾਰ ਇਹ ਕਾਰਵਾਈ ਜਾਰੀ ਹੈ। ਸੋ ਡਰੋਨ ਵੀ ਉੱਡਦਾ ਹੋਇਆ ਦਿਖਾਈ ਦੇ ਰਿਹਾ, ਡਰੋਨ ਆ ਰਿਹਾ ਅਤੇ ਡਰੋਨ ਗੋਲੇ ਸੁੱਟ ਕੇ ਲਗਾਤਾਰ ਵਾਪਸ ਪਿੱਛੇ ਜਾ ਰਿਹਾ। ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸ਼ੰਭੂ ਬਾਰਡਰ ਤੋਂ।